ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਵਸ ਤੇ ਅੱਜ ਮੈਂ ਤੁਹਾਡੀ ਮੁਲਾਕਾਤ ਜਿਨ੍ਹਾਂ ਨਾਲ ਕਰਾਉਣ ਜਾ ਰਿਹਾ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਉਹ ਜਿੱਥੇ ਵੀ ਬਹਿ ਜਾਂਦੇ ਨਾ ਉੱਥੇ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤੇ ਹੁਣ ਉਹਨਾਂ ਦੀ ਮੂਵੀ ਰਿਲੀਜ਼ ਹੋਣ ਜਾ ਰਹੀ ਹੈ 26 ਅਕਤੂਬਰ ਨੂੰ। ਆਓ ਪੁੱਛਦੇ ਹਾਂ ਉਹਨਾਂ ਦੀ ਸਟਾਰ ਕਾਸਟ ਤੋਂ। ਸਭ ਤੋਂ ਪਹਿਲਾਂ ਤਾਂ ਮਲਕੀਤ ਰਾਣੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੈਂ ਸਟਾਰ ਕਾਸਟ ਨਹੀਂ ਹਾਂ ਜੀ, ਮੈਂ ਬਾਪੂ। 26 ਅਕਤੂਬਰ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜਾਂ ਰਿਫਿਊ ਜੀ, ਸੇਮ ਹੋ ਰਹੀ ਇਹਦੇ ਪ੍ਰੋਡਿਊਸਰ ਨੇ ਅਤੇ ਇਹਦੇ ਡਾਇਰੈਕਟਰ ਨੇ ਅਵਤਾਰ ਸਿੰਘ ਹੋਰੀ। ਪੰਜਾਬੀ ਸਿਨੇਮਾ ਦੇ ਵਿੱਚ ਇੱਕ ਵੱਖਰਾ ਕੰਸੈਪਟ ਆ ਰਿਹਾ, ਦੋਨਾਂ ਪੰਜਾਬਾਂ ਦੀ ਇੱਕ ਫਿਲਮ ਹੈ, ਉਧਰਲੇ ਪੰਜਾਬ ਦੀ ਅਤੇ ਇਧਰਲੇ ਪੰਜਾਬ ਦੀ ਸਾਂਝੀ ਫਿਲਮ, ਇੱਕ ਜਿਹਨੂੰ ਅਸੀਂ ਕਹਿ ਸਕਦੇ ਹਾਂ ਹਾਸੇ ਠੱਠੇ ਨਾਲ ਭਰਪੂਰ ਹੈ, ਅਤੇ ਜਿਹਦੇ ਵਿੱਚ ਐਕਸ਼ਨ ਵੀ ਹੈ, ਰੋਮਾਂਸ ਵੀ ਹੈ, ਬਹੁਤ ਅੱਛਾ ਮਿਊਜ਼ਿਕ ਹੈ, ਇੱਕ ਪੂਰਾ ਫੁੱਲ ਪੈਕੇਜ ਹੈ ਫੈਮਿਲੀ ਦਾ ਤੁਹਾਡੇ ਦੇਖਣ ਦੇ ਲਈ। ਸੋ ਸਿਨੇਮਾ ਦੇ ਵਿੱਚ ਇਹੋ ਜਿਹੀ ਕਹਾਣੀ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ, ਮੈਨੂੰ ਆਪ ਬਹੁਤ ਆਨੰਦ ਆਇਆ, ਸਾਰੇ ਸਾਡੇ ਆਰਟਿਸਟਾਂ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ। ਰੋਸ਼ਨ ਪ੍ਰਿੰਸ ਹੋਰੀ ਇਹਦੇ ਹੀਰੋ ਨੇ, ਸਾਨਵੀ ਇਹਦੀ ਹੀਰੋਇਨ ਹੈ ਜੀ, ਕਰਮਜੀਤ ਅਨਮੋਲ ਨੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਇੱਕ ਵੱਖਰਾ ਰੋਲ ਕੀਤਾ ਜਿਹੜਾ ਪੰਜਾਬੀ ਸਿਨੇਮੇ 'ਚ ਕਰਮਜੀਤ ਨੇ ਕਦੇ ਪਹਿਲਾਂ ਰੋਲ ਨਹੀਂ ਕੀਤਾ। ਸੋ ਹਰਬੀ ਸੰਘਾ, ਅਨੀਤਾ ਸ਼ਬਦੀਸ਼, ਨੀਸ਼ਾ ਬਾਨੋ, ਰੁਪਿੰਦਰ ਕੌਰ ਰੂਪੀ, ਸਾਰੇ ਕਲਾਕਾਰਾਂ ਨੇ ਬਹੁਤ ਅੱਛਾ ਕੰਮ ਕੀਤਾ। ਮੈਨੂੰ ਖੁਦ ਨੂੰ ਬਹੁਤ ਚੰਗਾ ਲੱਗਿਆ ਇਸ ਪ੍ਰੋਜੈਕਟ ਵਿੱਚ ਕੰਮ ਕਰਕੇ, ਜਦੋਂ ਉਹਨਾਂ ਨੇ ਫਿਲਮ ਪਾਈ ਅਵਤਾਰ ਸਿੰਘਾਂ ਨੇ, ਇੱਕ ਅਲੱਗ ਕਨਸੈਪਟ ਸੀ। ਸੋ ਇਹੋ ਜਿਹਾ ਕਨਸੈਪਟ ਪੰਜਾਬੀ ਸਿਨੇਮੇ 'ਚ ਪਹਿਲੀ ਵਾਰ ਆਉਣ ਲੱਗਿਆ। ਤਾਂ ਜੀ, ਆਓ ਜਾਣਦੇ ਹਾਂ ਪੰਜਾਬੀ ਇੰਡਸਟਰੀ ਦੀ ਰੀੜ ਦੀ ਹੱਡੀ ਤੋਂ ਉਹਨਾਂ ਦਾ ਇਸ ਫਿਲਮ ਬਾਰੇ ਕੀ ਕਹਿਣਾ। ਕਰਮਜੀਤ ਸਰ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਪੰਜਾਬੀ ਗਰੂਵਸ ਦੇਖਣ ਵਾਲਿਆਂ ਨੂੰ, ਔਰ ਬਹੁਤ ਖੂਬਸੂਰਤ ਫਿਲਮ ਬਣੀ ਹੈ ਜੀ। ਰਾਂਝਾ ਰਿਫਿਊ ਜੀ ਆਪਣੇ ਆਪ 'ਚ ਇੱਕ ਨਾਂ ਹੀ ਬੜਾ ਅਟਰੈਕਟਿਵ ਹੈ ਜੀ ਔਰ ਵੱਖਰਾ, ਔਰ ਜਿਵੇਂ ਮਲਕੀਤ ਰਾਣੀ ਜੀ ਨੇ ਦੱਸਿਆ ਕਿ ਹਰ ਤਰ੍ਹਾਂ ਦਾ ਮਸਾਲਾ ਵਿੱਚ, ਰੋਮਾਂਸ ਵੀ ਹੈ, ਕਾਮੇਡੀ ਵੀ ਹੈ, ਔਰ ਐਕਸ਼ਨ ਵੀ ਹੈ, ਔਰ ਦੋ ਪੰਜਾਬਾਂ ਦੀ ਗੱਲ ਕੀਤੀ ਗਈ ਹੈ, ਔਰ ਜਿਹਦੇ ਵਿੱਚ ਮਤਲਬ ਜਿਹੜਾ ਲੀਡ ਰੋਲ ਕਰ ਰਹੇ ਨੇ ਰੋਸ਼ਨ ਪ੍ਰਿੰਸ ਅਤੇ ਸਾਨਵੀ, ਔਰ ਬਾਕੀ ਸਾਰੇ ਅਸੀਂ ਬੈਠੇ ਹੀ ਹਾਂ ਇੱਥੇ, ਅਤੇ ਰੁਪਿੰਦਰ ਰੂਪੀ ਜੀ, ਅਨੀਤਾ ਦੇਵਗਨ ਜੀ ਅਤੇ ਹੋਰ ਕਾਫੀ ਸਾਰੇ ਕਲਾਕਾਰ ਇਹਦੇ 'ਚ ਨੇ ਜੀ। ਬਹੁਤ ਵਧੀਆ ਫਿਲਮ ਬਣੀ ਹੈ ਔਰ 26 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਅਤੇ ਆਪਣੇ ਰੋਲ ਬਾਰੇ ਥੋੜ੍ਹਾ ਜਿਹਾ ਸਾਨੂੰ ਬਰੀਫ 'ਚ ਦੱਸੋ। ਮੇਰਾ ਰੋਲ ਇਹਦੇ 'ਚ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਨੈਗੇਟਿਵ ਸ਼ੇਡ ਦਾ ਵੀ ਔਰ ਕੌਮਿਕ ਹੈ, ਔਰ ਹਮੇਸ਼ਾ ਦੀ ਤਰ੍ਹਾਂ ਕੌਮਿਕ ਤਾਂ ਹੁੰਦਾ ਹੀ ਹੈ, ਔਰ ਮੈਨੂੰ ਆਨੰਦ ਆਇਆ ਇਹ ਕਰੈਕਟਰ ਕਰਕੇ ਥੋੜ੍ਹਾ ਜਿਹਾ। ਤੁਸੀਂ ਮੇਰੀ ਲੁੱਕ ਵੀ ਦੇਖੀ ਹੋਣੀ ਹੈ। ਹਾਂਜੀ। ਅਤੇ ਡਿਫਰੈਂਟ ਹੈ ਪਹਿਲਾਂ ਨਾਲੋਂ ਔਰ ਬਹੁਤ ਵਧੀਆ ਜੀ। ਅਤੇ ਆਲਮੋਸਟ ਤੁਸੀਂ ਕਿੰਨੀਆਂ ਹੀ ਫਿਲਮਾਂ ਕਰ ਚੁੱਕੇ, ਐਟਲੀਸਟ ਮੈਂ ਤਾਂ ਕਾਊਂਟ ਵੀ ਨਹੀਂ ਕਰ ਸਕਦਾ, ਤੁਹਾਨੂੰ ਓਨੈਸਟਲੀ ਦੱਸਾਂ ਮੈਂ ਖੁਦ ਨਹੀਂ ਕਰ ਸਕਦਾ। ਅਤੇ ਹੁਣ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਵੀ ਬਾਕੀ ਫਿਲਮਾਂ ਤੋਂ ਇਹ ਫਿਲਮ ਤੁਹਾਨੂੰ ਕਿਵੇਂ ਵੱਖਰੀ ਲੱਗੀ? ਦੇਖੋ ਜੀ, ਇਹਦਾ ਕੌਨਸੈਪਟ ਵੱਖਰਾ ਔਰ ਸਟੋਰੀ ਲਿਖੀ ਬਹੁਤ ਵਧੀਆ ਔਰ ਉਹਨੂੰ ਨਿਭਾਇਆ ਬਹੁਤ ਅੱਛਾ, ਇਸ ਕਰਕੇ ਇਹ ਵਧੀਆ ਲੱਗਿਆ। ਅਨੀਤਾ ਸਰਦੇਸ਼ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਮੈਮ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਰੋਲ ਬਾਰੇ ਜ਼ਰੂਰ ਪੁੱਛਣਾ ਚਾਹਾਂਗਾ ਕਿਉਂਕਿ ਇੰਨੇ ਐਕਸਪੀਰੀਅੰਸ ਕਲਾਕਾਰ ਹੋ ਤੁਸੀਂ, ਸਾਰੇ ਤੁਹਾਡੇ ਕੋਲੋਂ ਸਿੱਖਦੇ ਹਾਂ, ਤਾਂ ਪਲੀਜ਼ ਆਪਣੇ ਰੋਲ ਬਾਰੇ ਦੱਸੋ। ਮੈਂ ਇਸ ਫਿਲਮ ਦੇ ਵਿੱਚ ਰੋਸ਼ਨ ਪ੍ਰਿੰਸ ਦੀ ਮਦਰ ਦਾ ਰੋਲ ਨਿਭਾ ਰਹੀ ਹਾਂ। ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਅਵਤਾਰ ਸਿੰਘ ਨੇ ਇਹ ਜੋ ਕਨਸੈਪਟ ਸੁਣਾਇਆ ਸੀਗਾ, ਤਾਂ ਸੱਚੀ ਮੁੱਚੀ ਅਸੀਂ ਹਮੇਸ਼ਾ ਕਹਿੰਦੇ ਕੁਛ ਵੱਖਰਾ ਹੋਣਾ ਚਾਹੀਦਾ, ਅਤੇ ਇਹਦੇ ਵਿੱਚ ਸੱਚੀ ਮੁੱਚੀ ਕੁਛ ਵੱਖਰਾ ਹੈ, ਕੁਛ ਅਲੱਗ ਸਟੋਰੀ ਲੈ ਕੇ ਆਏ ਹੈ। ਬਹੁਤ ਚੰਗਾ ਲੱਗਿਆ ਸਾਰੀ ਟੀਮ ਨਾਲ ਇਹ ਕੰਮ ਕਰਕੇ, ਔਰ ਮਾਂ ਦਾ ਕਿਰਦਾਰ ਜਿਹੜਾ ਹੈਗਾ, ਕਹਿੰਦੇ ਨੇ ਕਿ ਮਾਂ ਹੁੰਦੀ ਹੈ, ਮਾਂ ਦੁਨੀਆ ਵਾਲੇ ਹੋ, ਪਰ ਮਾਂ ਕੋਲ ਵੀ ਕੁਛ ਕਰਨ ਲਈ ਹੈ ਇਸ ਫਿਲਮ ਦੇ ਵਿੱਚ। ਬਹੁਤ ਚੰਗਾ ਲੱਗਿਆ ਮੈਨੂੰ ਇਸ ਫਿਲਮ ਦੇ ਵਿੱਚ ਕੰਮ ਕਰਕੇ। ਸੋ ਮੈਮ, ਸ਼ਾਇਦ ਤੁਸੀਂ ਪਹਿਲਾਂ ਵੀ ਰੋਸ਼ਨ ਭਾਈ ਨਾਲ ਇੱਕ ਫਿਲਮ ਕਰ ਚੁੱਕੇ ਹੋ, ਲੱਗਦਾ ਇਸ਼ਕ ਹੋ ਗਿਆ। ਲੱਗਦਾ ਇਸ਼ਕ ਹੋ ਗਿਆ 2009 ਚ ਆਈ ਸੀ। ਲੱਗਦਾ ਨਹੀਂ, ਇਹੀ ਸੀ ਫਿਲਮ, ਲੱਗਦਾ ਇਸ਼ਕ ਹੋ ਗਿਆ। ਅੱਛਾ ਜੀ। ਤੇ 2009 ਚ ਆਈ ਸੀ ਫਿਲਮ, ਤੇ ਲਗਭਗ 9 ਸਾਲ ਹੀ ਹੋ ਗਿਆ ਉਸ ਫਿਲਮ ਨੂੰ। ਬਿਲਕੁਲ ਜੀ। ਤੇ ਉਸ 2009 ਤੋਂ ਲੈ ਕੇ 2018 ਦੇ ਵਿੱਚ ਤੱਕ ਹੁਣ ਕੀ ਤੁਸੀਂ ਡਿਫਰੈਂਸ ਦੇਖਿਆ ਰੋਸ਼ਨ ਭਾਈ ਦੇ ਵਿੱਚ? ਬਹੁਤ ਵੱਖਰਾ ਹੈ ਜੀ, ਬਹੁਤ। ਉਹ ਲੱਗਦਾ ਇਸ਼ਕ ਹੋ ਗਿਆ ਆਈ ਥਿੰਕ ਇਹਨਾਂ ਦੀ ਪਹਿਲੀ ਫਿਲਮ ਸੀ। ਹਾਂਜੀ। ਔਰ ਪਰ ਬੜਾ ਬਹੁਤ ਮਿਹਨਤੀ ਹੈ, ਮੈਂ ਇਹ ਜ਼ਰੂਰ ਕਹਾਂਗੀ ਕਿ ਜਿੰਨੀ ਮਿਹਨਤ ਇਹਨੇ ਉਦੋਂ ਤੋਂ ਹੁਣ ਤੱਕ, ਮੈਨੂੰ ਸੱਚੀ ਮੁੱਚੀ ਵੱਖਰਾ ਕੁਛ ਮਿਲਿਆ। ਪਹਿਲਾਂ ਵਧੀਆ ਨਹੀਂ ਕੀਤਾ ਸੀ, ਨਹੀਂ ਪਹਿਲੀ ਅੱਛਾ ਕੀਤਾ ਸੀ, ਬਟ ਦੇਖੋ ਜਿਹੜੀ ਆਰਟਿਸਟ ਜਦੋਂ ਗਰੋ ਕਰਦਾ ਤਾਂ ਉਹਦੇ ਵਿੱਚ ਬਹੁਤ ਸੰਭਾਵਨਾਵਾਂ ਹੁੰਦੀਆਂ ਨੇ। ਆਰਟਿਸਟ ਹੌਲੀ ਹੌਲੀ ਕੰਮ ਕਰਦੇ ਕਰਦੇ, ਅਸੀਂ ਵੀ ਅਜੇ ਤੱਕ ਸਿੱਖਦੇ ਜਾ ਰਹੇ ਹਾਂ, ਹੌਲੀ ਹੌਲੀ ਅੱਗੇ ਵੀ ਸਿੱਖਾਂਗੇ। ਪਰ ਇਸ ਫਿਲਮ ਦੇ ਵਿੱਚ ਮੈਨੂੰ ਉਹਦਾ ਕੰਮ ਬਹੁਤ ਚੰਗਾ ਲੱਗਿਆ, ਬਹੁਤ ਵੱਖਰਾ ਕਿਰਦਾਰ ਲੈ ਕੇ ਆਏ। ਤੇ ਹੁਣ ਆਪਾਂ ਗੱਲ ਕਰਾਂਗੇ ਨੀਸ਼ਾ ਬਾਨੋ ਨਾਲ। ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਵੀ ਆਪਣੇ ਰੋਲ ਬਾਰੇ ਦੱਸੋ ਪਹਿਲਾਂ ਤਾਂ। ਹਾਂ, ਸਿੱਖੀ। ਬਿਲਕੁਲ ਜੀ, ਮੈਨੂੰ ਇਸ ਕਰੈਕਟਰ ਨੂੰ ਕਰਕੇ ਬਹੁਤ ਜ਼ਿਆਦਾ ਮਜ਼ਾ ਆਇਆ, ਅਤੇ ਮੈਂ ਇਸ ਫਿਲਮ ਦੇ ਵਿੱਚ ਕਰੈਕਟਰ ਕਰ ਰਹੀ ਹਾਂ ਰੋਸ਼ਨ ਪ੍ਰਿੰਸ ਜੀ ਦੀ ਵਾਈਫ ਦਾ, ਰਿਫਿਊਜ਼ੀ ਦੀ ਵਾਈਫ ਦਾ। ਅਤੇ ਜਿੱਦਾਂ ਅਨੀਤਾ ਮੈਮ ਨੇ ਦੱਸਿਆ ਕਿ ਬਹੁਤ ਹੀ ਵਧੀਆ ਕੋਨਸੈਪਟ ਹੈ, ਅਤੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਕੁਛ ਅਲੱਗ ਕਰੀਏ, ਹਰ ਆਰਟਿਸਟ ਦੀ ਨੀਡ ਹੁੰਦੀ ਹੈ ਕਿ ਕੁਛ ਅਲੱਗ ਕਰੇ, ਲੋਕਾਂ ਨੂੰ ਦੇਖਣ ਨੂੰ ਮਿਲੇ। ਅਤੇ ਇਹਦੇ ਵਿੱਚ ਮੈਂ ਇੱਕ ਪਾਕਿਸਤਾਨੀ ਲੇਡੀ ਦਾ ਕਰੈਕਟਰ ਕਰ ਰਹੀ ਹਾਂ, ਅਤੇ ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ। ਅਤੇ ਕਰਮਜੀਤ ਸਰ, ਤੁਸੀਂ ਤਾਂ ਹੁਣ ਪ੍ਰੋਡਿਊਸਰ ਵੀ ਬਣ ਚੁੱਕੇ ਹੋ, ਅਤੇ ਕਿੱਦਾਂ ਦਾ ਮਤਲਬ ਇੱਕ ਪ੍ਰੋਡਿਊਸਰ ਦੇ ਨਜ਼ਰੀਏ ਨਾਲ ਕਿਸੇ ਫਿਲਮ ਨੂੰ ਦੇਖਣਾ ਹੋਏ
ਤਾਂ ਕੀ ਤੁਹਾਨੂੰ ਵੱਖਰਾ ਲੱਗਦਾ ਉਸ 'ਤੇ? ਪ੍ਰੋਡਿਊਸਰ ਦੇ ਨਜ਼ਰੀਏ ਨਾਲ ਤਾਂ ਇਹ ਵੀ ਇਕਨੋਮਿਕਸ ਦੇਖੀ ਜਾਂਦੀ ਹੈ ਜੀ। ਹਾਂਜੀ, ਇਹ ਸਾਡਾ ਜਿਹੜਾ ਮਤਲਬ ਡਾਇਰੈਕਟਰ ਹੈ ਇਹਦੀ ਸਭ ਤੋਂ ਵੱਡੀ ਜਿਹੜੀ ਕਮਾਂਡ ਇਕਨੋਮਿਕਸ 'ਤੇ ਹੈ, ਹੈ ਨਾ। ਹੁਣ ਇਕਨੋਮਿਕਸ ਦੇ ਵਿੱਚ ਜਦੋਂ ਪੜ੍ਹਦਾ ਸੀ ਭਾਵੇਂ ਰਿਪੇਅਰ ਆ ਜਾਂਦੀ ਸੀ ਇਹਦੀ, ਪਰ ਇੱਥੇ ਨਹੀਂ ਆਉਣ ਦਿੰਦਾ। ਅਤੇ ਕੀ ਤੁਹਾਨੂੰ ਮਤਲਬ ਮੇਜਰ ਡਿਫਰੈਂਸ ਤੁਹਾਨੂੰ? ਔਰ ਬਹੁਤ ਵਧੀਆ ਜੀ, ਬਹੁਤ ਛੇਤੀ ਜਿੰਨਾ ਇਹ ਫਾਸਟ ਹੈ ਟਰੈਕਟਰ ਮੈਂ ਕੋਈ ਨਹੀਂ ਦੇਖਿਆ। ਔਰ ਇਹ ਮਤਲਬ ਉਂਗਲਾਂ 'ਤੇ ਨੱਚਦੇ ਸੀ ਸਾਰੇ ਆਰਟਿਸਟ ਇਹਦੀਆਂ 'ਤੇ, ਅਤੇ ਇੱਕ ਦਿਨ 'ਚ ਕਿੰਨੇ ਹੀ ਸੀਨ ਕੱਢ ਦਿੰਦਾ ਸੀ। ਔਰ ਇਹ ਨਹੀਂ ਵੀ ਕਿ ਫਾਹਾ ਵੱਢਿਆ, ਔਰ ਬਕਾਇਦਾ ਕਮਾਲ ਦਾ ਸੀਨ ਕ੍ਰੀਏਟ ਕਰਦੇ ਸੀ ਔਰ ਕਮਾਲ ਦਾ ਨਿਭਾਉਂਦੇ ਸੀਗੇ, ਔਰ ਬਹੁਤ ਜਲਦੀ ਵੀ ਕਰਦੇ ਸੀ। ਕਿਸੇ ਵੀ ਪ੍ਰੋਡਿਊਸਰ ਦੇ ਲਈ ਬਹੁਤ ਵਧੀਆ ਗੱਲ ਹੁੰਦੀ ਹੈ, ਤਾਂ ਹੀ ਮੈਂ ਆਪਣੀ ਅਗਲੀ ਫਿਲਮ 'ਚ ਇਹਨਾਂ ਨੂੰ ਲਿਆ। ਅੱਛਾ, ਚਲੋ ਜੀ, ਹੁਣ ਤੁਹਾਨੂੰ ਇੱਕ ਹੋਰ ਖਬਰ ਮਿਲ ਗਈ ਹੈ ਵੀ ਰੋਸ਼ਨ ਪ੍ਰਿੰਸ ਜੀ ਵੀ ਆਉਣਗੇ ਕਰਮਜੀਤ ਅਨਮੋਲ ਦੇ ਨਾਲ। ਅਤੇ ਸਰ, ਮੈਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਜਿਵੇਂ ਆਪਣਾ ਸਾਰੀ ਸਟਾਰਕਾਸਟ ਤੁਸੀਂ ਇੱਦਾਂ ਸਾਰੇ ਬੈਠੇ ਹੁੰਦੇ ਹੋ, ਤਾਂ ਇੱਕ ਨਵੀਂ ਜਦੋਂ ਆਰਟਿਸਟ ਆਉਂਦੀ ਹੈ ਜਿਵੇਂ ਸਾਨਵੀ ਮੈਮ ਐਤਕੀ ਆਏ ਆ ਤੁਹਾਡੇ ਸਾਰਿਆਂ ਨਾਲ, ਅਤੇ ਉਹਨਾਂ ਨੂੰ ਤੁਸੀਂ ਕਿਵੇਂ ਕੰਫਰਟੇਬਲ ਫੀਲ ਕਰਵਾਉਂਦੇ ਹੋ? ਕਿਉਂਕਿ ਬੜਾ ਨਰਵਸ ਹੁੰਦਾ ਬੰਦਾ, ਜਿਵੇਂ ਮੈਂ ਵੀ ਹੁਣ ਤੁਹਾਡੇ ਕੋਲ ਆ ਰਿਹਾ ਸੀ ਅਤੇ ਬੜਾ ਨਰਵਸ ਸੀਗਾ, ਪਤਾ ਨਹੀਂ ਕਰਮਜੀਤ ਜੀ ਨੇ ਕੀ ਕਹਿ ਦੇਣਾ। ਮੈਂ ਗਾਲਾਂ ਕਰਦਾ ਲੋਕਾਂ ਨੂੰ, ਅਤੇ ਤੁਸੀਂ ਇਸ ਵਾਸਤੇ ਕੀ? ਦੇਖੋ ਜੀ, ਕਲਾਕਾਰ ਕੋਈ ਵੀ ਮਤਲਬ ਅਸੀਂ ਵੀ ਨਵੇਂ ਸੀ ਕਿਸੇ ਦਿਨ, ਔਰ ਕਲਾਕਾਰ ਨੂੰ ਕੰਫਰਟ ਜ਼ੋਨ ਦੇ ਵਿੱਚ ਰੱਖਣਾ ਸਭ ਤੋਂ ਵਧੀਆ ਗੱਲ ਹੈ, ਕਿਉਂਕਿ ਅਸੀਂ ਕਦੇ ਵੀ ਇਹ ਨਹੀਂ ਸੋਚਿਆ ਵੀ ਅਸੀਂ ਬਹੁਤ ਟਾਈਮ ਹੋ ਗਿਆ ਸਾਨੂੰ ਜਾਂ ਅਸੀਂ ਬਹੁਤ ਵੱਡੇ ਬਣ ਗਏ। ਅਸੀਂ ਆਪ ਵੀ ਸਿੱਖਦੇ ਹਾਂ, ਕਈ ਵਾਰੀ ਤੁਸੀਂ ਇੱਕ 8-9 ਸਾਲ ਦੇ ਬੱਚੇ ਤੋਂ ਵੀ ਇਹੋ ਜਿਹੀ ਚੀਜ਼ ਸਿੱਖ ਲੈਂਦੇ ਹੋ ਜਿਹੜੀ ਤੁਸੀਂ ਹੁਣ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਉਹ ਨਹੀਂ ਸਿੱਖੀ ਹੁੰਦੀ। ਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਵੀ ਇੱਦਾਂ ਲੱਗਿਆ ਹੋਣਾ ਮੇਰੇ ਨਾਲ ਕੰਮ ਕਰਕੇ, ਸਾਡੇ ਕਿਸੇ ਨਾਲ ਵੀ ਮੈਂ ਕਿਸੇ ਮਤਲਬ ਜ਼ਿਆਦਾ ਐਕਸਪੀਰੀਅੰਸ ਵਾਲੇ ਬੰਦੇ ਨਾਲ ਕੰਮ ਕਰ ਰਿਹਾ। ਮੈਂ ਅਸੀਂ ਉਹਨਾਂ ਦੇ ਲੈਵਲ ਦਾ ਹੋ ਕੇ ਕੰਮ ਕਰਦੇ ਨਾਲ ਵੀ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਅਸੀਂ ਵੱਧ ਫਿਲਮਾਂ ਕੀਤੀਆਂ ਨੇ ਜਾਂ ਕੋਈ ਉਹਨਾਂ 'ਚੋਂ ਉਮਰ ਤੋਂ ਵੱਡੇ ਹਾਂ ਅਸੀਂ, ਹੈ ਨਾ। ਉਮਰ 'ਚੋਂ ਵੱਡੇ ਤਾਂ ਕੋਈ ਵੀ ਨਹੀਂ ਲੱਗਣਾ ਚਾਹੁੰਦਾ ਹੁੰਦਾ, ਕਹਿੰਦਾ ਬਰਾਬਰ। ਬਿਲਕੁਲ ਬਿਲਕੁਲ, ਪਰ ਬਹੁਤ ਵਧੀਆ ਜੀ, ਕੁੜੀ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਔਰ ਬਹੁਤ ਸੋਹਣਾ ਕੰਮ ਕੀਤਾ। ਰੋਸ਼ਨ ਤਾਂ ਕਰਦਾ ਹੀ ਵਧੀਆ, ਪਹਿਲਾਂ ਵੀ ਸਾਡੀ ਫਿਲਮ ਸੁਪਰ ਹਿੱਟ ਦੇ ਚੁੱਕਿਆ ਉਹ ਲਾਵਾਂ ਫੇਰੇ, ਅਤੇ ਇਹ ਵੀ ਸੁਪਰ ਡੁਪਰ ਹਿੱਟ ਹੋਊਗੀ। ਅਤੇ ਅਨੀਤਾ ਮੈਮ, ਤੁਸੀਂ ਇੰਨੇ ਸਾਰੇ ਡਾਇਰੈਕਟਰਸ ਨਾਲ ਕੰਮ ਕਰ ਚੁੱਕੇ ਹੋ, ਅਤੇ ਐਤਕੀ ਅਵਤਾਰ ਸਰ ਨਾਲ ਡਾਇਰੈਕਟਰ ਐਜ਼ ਅ ਡਾਇਰੈਕਟਰ ਉਹਨਾਂ ਨੇ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ, ਅਤੇ ਉਹਨਾਂ ਨਾਲ ਕੰਮ ਕਰਕੇ ਤੁਹਾਨੂੰ ਕਿਵੇਂ ਦਾ ਲੱਗਿਆ? ਬਹੁਤ ਚੰਗਾ ਲੱਗਿਆ ਜੀ। ਸਭ ਤੋਂ ਵੱਡੀ ਗੱਲ ਕਿ ਜਿਹੜੀ ਇਕਨੋਮਿਕਸ ਦੀ ਤੁਸੀਂ ਗੱਲ ਕਰ ਰਹੇ ਸੀ, ਹਫ਼ਤੇ ਦਾ ਟਾਈਮ ਦਿੱਤਾ ਸੀ, 3 ਦਿਨਾਂ 'ਚ ਵਿਹਲੀ ਕਰਕੇ ਤੋੜ ਦਿੱਤਾ ਸੀ। ਸੋ ਇਸ ਟਾਈਪ ਨਾਲ ਜਦੋਂ ਡਾਇਰੈਕਟਰ ਕੰਮ ਕਰਦੇ ਨੇ ਤਾਂ ਪ੍ਰੋਡਿਊਸਰ ਦਾ ਵੀ ਫਾਇਦਾ ਹੈ ਅਤੇ ਕੰਮ ਕਰਨ ਵਾਲਿਆਂ ਦਾ ਵੀ ਫਾਇਦਾ, ਸਾਰਿਆਂ ਦਾ ਹੀ ਫਾਇਦਾ ਹੁੰਦਾ ਇਹਦੇ ਵਿੱਚ। ਬਹੁਤ ਚੰਗਾ ਲੱਗਿਆ ਕਿ ਕੁਛ ਜੋ ਜਦੋਂ ਅਸੀਂ ਐਜ਼ ਏ ਡਾਇਰੈਕਟਰ ਇਹਨਾਂ ਨੂੰ ਦੇਖੀਏ, ਜਿਹੜਾ ਕੰਮ ਉੱਥੇ ਕਰਨ ਦਾ ਮੌਕਾ ਮਿਲਿਆ, ਸੱਚੀ ਮੁੱਚੀ ਸੀਨ ਬਹੁਤ ਅੱਛੇ ਤਰੀਕੇ ਨਾਲ ਫਿਲਮਾਏ ਗਏ ਨੇ, ਕੰਮ ਬਹੁਤ ਅੱਛੇ ਤਰੀਕੇ ਨਾਲ ਰਿਹਾ, ਔਰ ਬੜਾ ਕੰਫਰਟ ਜ਼ੋਨ ਦੇ ਵਿੱਚ ਸਾਰੇ ਕਲਾਕਾਰਾਂ ਨੂੰ ਰੱਖਦਾ ਸੀ। ਔਰ ਮੇਰੇ ਤੋਂ ਛੋਟਾ, ਮੈਂ ਮਤਲਬ ਛੋਟਾ ਵੀਰ ਕਹਿ ਕੇ ਗੱਲ ਕਰਦੀ ਹਾਂ, ਬਹੁਤ ਚੰਗੇ ਤਰੀਕੇ ਨਾਲ ਉਹ ਕੰਮ ਕਰਦਾ, ਔਰ ਸਾਰਿਆਂ ਨੂੰ ਕੰਫਰਟ ਜ਼ੋਨ 'ਚ ਰੱਖਣਾ ਇੱਕ ਡਾਇਰੈਕਟਰ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ। ਅਤੇ ਮਲਕੀਤ ਸਰ, ਹੁਣ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਵੀ ਰਾਂਝਾ ਰੈਫਿਊਜੀ ਇੱਕ ਬਹੁਤ ਹੀ ਯੂਨੀਕ ਕਹਾਣੀ ਆ ਰਹੀ ਹੈ, ਅਤੇ ਉਹਦੇ ਵਾਸਤੇ ਥੋੜ੍ਹੀ ਜਿਹੀ ਬਰੀਫ ਇੰਟਰੋਡਕਸ਼ਨ ਜੇ ਤੁਸੀਂ ਦੇਣੀ ਹੋਏ ਤਾਂ ਕੀ ਦਿਓ? ਦੇਖੋ, ਗੱਲ ਇਹ ਹੈ ਕਿ ਪੰਜਾਬੀ ਸਿਨੇਮਾ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਗਰੋ ਕਰ ਰਿਹਾ, ਸੁਨਹਿਰਾ ਦੌਰ ਹੈ ਪੰਜਾਬੀ ਸਿਨੇਮੇ ਦਾ। ਇਸ ਸਾਲ ਦੇ ਵਿੱਚ ਜਿੰਨੀਆਂ ਫਿਲਮਾਂ ਹਿੱਟ ਹੋਈਆਂ ਕਿਸੇ ਸਾਲ 'ਚ ਹੁਣ ਤੱਕ ਹਿੱਟ ਨਹੀਂ ਹੋਈਆਂ, ਹਜੇ 3-4 ਮਹੀਨੇ ਬਾਕੀ। ਹਾਂਜੀ, ਸੋ ਜਦੋਂ ਹਰ ਹਫ਼ਤੇ ਹਰ ਸ਼ੁੱਕਰਵਾਰ ਫਿਲਮ ਰਿਲੀਜ਼ ਹੁੰਦੀ ਹੋਵੇ, ਉਦੋਂ ਬਹੁਤ ਸਮਾਂ ਜਿਹੜਾ ਹੁੰਦਾ ਉਹ ਕੰਪੀਟੀਸ਼ਨ ਦਾ ਸਮਾਂ, ਬਹੁਤ ਔਖਾ ਸਮਾਂ ਡਾਇਰੈਕਟਰ ਲਈ ਵੀ, ਸਾਡੇ ਪ੍ਰੋਡਿਊਸਰ ਲਈ ਵੀ, ਸਾਡੇ ਐਕਟਰਾਂ ਲਈ ਵੀ, ਸਾਡੇ ਸਟੋਰੀ ਰਾਈਟਰਸ ਲਈ, ਕਿ ਤੁਸੀਂ ਅਗਲੇ ਸ਼ੁੱਕਰਵਾਰ ਕੀ ਨਵਾਂ ਲੈ ਕੇ ਆ ਰਹੇ। ਬਿਲਕੁਲ, ਸੋ ਇਹ ਖੁਸ਼ੀ ਦੀ ਗੱਲ ਹੈ, ਪਹਿਲੀ ਵਾਰ ਪੰਜਾਬੀ ਸਿਨੇਮੇ ਦੇ ਇਤਿਹਾਸ 'ਚੋਂ ਹੈ, ਜਿਹੜਾ 2018 ਦਾ ਸਾਲ ਹੈ, ਇਸ ਸਾਲ ਦੇ ਵਿੱਚ ਵੈਰੀਏਸ਼ਨ ਦੀਆਂ ਫਿਲਮਾਂ ਆਈਆਂ। ਇਸ ਸਾਲ ਵਿੱਚ ਸੂਬੇ ਦਾ ਜੋਗਿੰਦਰ ਸਿੰਘ ਵੀ ਆਈ, ਸੱਜਣ ਸਿੰਘ ਲੰਗਰੂਟ ਵੀ ਆਈ, ਇਸ ਸਾਲ 'ਚ ਕਾਮੇਡੀ ਫਿਲਮਾਂ ਵੀ ਆਈਆਂ, ਇਸ ਸਾਲ 'ਚ ਦਾਣਾ ਪਾਣੀ ਵਰਗੀ ਫਿਲਮ ਵੀ ਆਉਂਦੀ ਹੈ, ਇਸੇ ਸਾਲ 'ਚ ਰਾਂਝਾ ਰਫਿਊਜ਼ੀ ਵਰਗੀ ਫਿਲਮ ਆ ਰਹੀ ਹੈ, ਜਿਹੜੀ ਫਿਲਮ ਅਸੀਂ ਸਮਝਦੇ ਹਾਂ ਕਿ ਸਾਨੂੰ ਉਹ ਜਿਹੜਾ ਸਾਡਾ ਵਿਸਰਿਆ ਪੰਜਾਬ ਹੈ, ਇੱਕ ਖੂਬਸੂਰਤ ਲੋਕੇਸ਼ਨਾਂ 'ਤੇ ਅਵਤਾਰ ਸਿੰਘ ਹੋਰਾਂ ਨੇ ਸ਼ੂਟ ਕੀਤਾ। ਸੋ ਐਸੇ ਕੰਸੈਪਟ ਨੂੰ ਤਰਸੇਮ ਹੋਰੀ ਲੈ ਕੇ ਆਏ ਨੇ। ਇਹ ਆਪਣੇ ਆਪ 'ਚ ਇੱਕ ਬੜੀ ਭਾਗਾਂ ਵਾਲੀ ਗੱਲ ਹੈ ਕਿ ਇੱਕ ਸਾਡਾ ਪ੍ਰੋਡਿਊਸਰ ਜੀ ਦੀ ਪਹਿਲੀ ਫਿਲਮ ਹੈ, ਉਹ ਪਹਿਲੀ ਫਿਲਮ, ਪਹਿਲਾ ਕੰਸੈਪਟ ਐਸਾ ਲੈ ਕੇ ਆ ਰਿਹਾ ਜਿਹੜਾ ਇਸ ਇੰਡਸਟਰੀ 'ਚ ਅੱਜ ਤੱਕ ਕੰਸੈਪਟ ਨਾ ਹੋਇਆ ਹੋਵੇ। ਸੋ ਉਸ ਕੰਸੈਪਟ ਨੂੰ ਡਾਇਰੈਕਟਰ ਸਾਡੇ ਨੇ ਉਨੀ ਸ਼ਿੱਦਤ ਨਾਲ ਨਿਭਾਇਆ, ਕਿਉਂਕਿ ਜਿਹੜਾ ਐਕਟਰ ਹੁੰਦਾ, ਐਕਟਰ ਕੋਲ ਤਾਂ ਇੱਕ ਸਕ੍ਰਿਪਟ ਬਣੀ ਆਉਂਦੀ ਹੈ, ਐਕਟਰ ਇੱਕ ਕਠਪੁਤਲੀ ਹੈ, ਡਾਇਰੈਕਟਰ ਨੇ ਜਿਵੇਂ ਨਚਾਉਣਾ ਉਹਨੇ ਨੱਚਣਾ, ਬਸ ਇਹ ਹੁੰਦਾ ਕਿ ਡਾਇਰੈਕਟਰ ਜੋ ਚਾਹੁੰਦਾ ਉਹਦੇ ਵਿੱਚ ਐਕਟਰ ਨੇ ਆਪਣੀ ਇਨਪੁੱਟ ਪੇਸ਼ ਕਰਨੀ ਹੁੰਦੀ ਹੈ ਕੁਛ ਬਾਅਦ। ਸੋ ਇਸ ਫਿਲਮ ਦੇ ਵਿੱਚ ਜਿੰਨੇ ਐਕਟਰਾਂ ਨੇ ਕੰਮ ਕੀਤਾ, ਕਿਉਂਕਿ ਸਾਡਾ ਡਾਇਰੈਕਟਰ ਡਾਇਰੈਕਟਰ ਨਾਲ ਵੱਧ ਕੇ ਕਿਤੇ ਦੋਸਤ ਸੀ, ਉਹ ਸਾਡੇ ਐਕਟਰ ਨੂੰ ਫੀਲ ਐਂ ਕਰਾਉਂਦਾ ਕਿ ਤੁਸੀਂ ਮੇਰੇ ਦੋਸਤ ਹੋ, ਆਪਾਂ ਸਾਰੇ ਰਲ ਕੇ ਇੱਕ ਚੰਗਾ ਕੰਮ ਕਰਨਾ। ਸੋ ਇਸ ਕਹਾਣੀ ਨੂੰ ਜਿਵੇਂ ਉਹਨੇ ਕਾਗਜ਼ਾਂ 'ਤੇ ਤਾਰਿਆ ਸੀ, ਉਹਨੇ ਖੁਦ ਨਹੀਂ ਸੋਚਿਆ ਹੋਵੇ ਕਿ ਉਨੀ ਵਧੀਆ ਕਹਾਣੀ ਬਣ ਕੇ ਜਿਹੜੀ ਸਕਰੀਨ 'ਤੇ ਤੁਹਾਡੇ ਸਾਹਮਣੇ ਆਊਗੀ। ਸੋ ਇਹੋ ਜਿਹੀਆਂ ਕਹਾਣੀਆਂ ਦਾ
ਢਿੱਡਾਂ ਦਾ ਦਰਦ ਦੱਸ ਰਹੇ ਇੱਕ ਦੂਜੇ ਨੂੰ। ਸੋ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਉਹ ਪਰਦੇ 'ਤੇ ਪੇਸ਼ ਹੁੰਦੀਆਂ ਨੇ, ਤਾਂ ਮੈਂ ਸਮਝਦਾ ਕਿ ਸਾਡੀ ਜਿਹੜੀ ਅੱਜ ਦੀ ਨੱਠ ਭੱਜ ਦੀ ਜ਼ਿੰਦਗੀ ਹੈ, ਬੰਦਾ ਪੈਸੇ ਦੀ ਦੌੜ 'ਚ ਪਿਆ ਹੋਇਆ, ਉਸ ਦੌੜ ਦੇ ਵਿੱਚੋਂ ਨਿਕਲ ਕੇ ਬੰਦੇ ਨੂੰ ਕੋਈ ਨਾ ਕੋਈ ਸਿੱਖਣ ਲਈ ਵੀ ਮਿਲਦਾ, ਇੰਜੋਏ ਵੀ ਹੁੰਦਾ। ਸੋ ਪੂਰੀ ਫੈਮਿਲੀ ਦੇ ਦੇਖਣ ਵਾਲੀ ਫਿਲਮ ਹੈ, ਜਿਹਦੇ ਵਿੱਚ ਦਾਦਾ, ਪੋਤਾ, ਪੋਤੀ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਸਾਰੇ ਇਕੱਠੇ ਬਹਿ ਕੇ ਫਿਲਮ ਦੇਖਣਗੇ। ਮੈਨੂੰ ਲੱਗਦਾ ਕਿ ਪੰਜਾਬੀ ਸਿਨੇਮੇ ਦਾ ਇੱਕ ਬੜਾ ਚੰਗਾ ਦੌਰ ਹੋਊਗਾ ਜਿਹੜਾ ਇਸ ਅਕਤੂਬਰ ਸਾਨੂੰ ਦੇਖਣ ਨੂੰ ਮਿਲੂਗਾ। ਅਤੇ ਕਰਮਜੀਤ ਸਰ, ਜਿੰਨੀ ਵੀ ਆਡੀਅੰਸ ਇਸ ਟਾਈਮ ਤੁਹਾਨੂੰ ਦੇਖ ਰਹੀ ਹੈ, ਉਹਨਾਂ ਵਾਸਤੇ ਟੀਮ ਰਾਂਝਾ ਰੈਫਿਊਜੀ ਵੱਲੋਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਬਸ ਇਹੀ ਹੈ ਜੀ ਕਿ ਬਹੁਤ ਖੂਬਸੂਰਤ ਫਿਲਮ ਬਣਾਈ ਹੈ ਜੀ ਰਾਂਝਾ ਰੈਫਿਊਜੀ, ਔਰ ਤੁਸੀਂ ਸਾਰੇ ਜਾਣੇ ਦੇਖ ਕੇ ਆਓ, ਔਰ ਜੇ ਤੁਸੀਂ ਦੇਖੋਗੇ ਤਾਂ ਹੀ ਪੰਜਾਬੀ ਸਿਨੇਮਾ ਜਿਉਂਦਾ ਰਹੂਗਾ, ਔਰ ਤੁਹਾਡੇ ਨਾਲ ਹੀ, ਤੁਹਾਡੇ ਕਰਕੇ ਹੀ ਅਸੀਂ ਹਾਂ। ਜੇ ਤੁਸੀਂ ਸਾਨੂੰ ਦੇਖਦੇ ਹੋ ਤਾਂ ਸਾਨੂੰ ਲਾਈਕ ਕਰਦੇ ਹੋ ਤਾਂ ਅਸੀਂ ਹਾਂ, ਜਿੱਦੇ ਤੁਸੀਂ ਹੱਥ ਖੜੇ ਕਰਦੇ ਸਾਡੇ ਵੀ ਹੱਥ ਪਹਿਲਾਂ ਖੜੇ ਹੋ ਜਾਣਗੇ। ਔਰ ਬੇਨਤੀ ਕਰਦੇ ਤੁਹਾਨੂੰ ਸਾਰਿਆਂ ਨੂੰ ਕਿ ਚੰਗੀਆਂ ਫਿਲਮਾਂ ਜ਼ਰੂਰ ਦੇਖੋ, ਜ਼ਰੂਰ ਸਪੋਰਟ ਕਰੋ, ਔਰ 26 ਅਕਤੂਬਰ ਨੂੰ ਆਉਣ ਵਾਲੀ ਹੈ ਸਾਡੀ ਇਹ ਫਿਲਮ ਰਾਂਝਾ ਰਿਫਿਊਜੀ। ਤਾਂ ਬਿਲਕੁਲ ਜੀ, 26 ਅਕਤੂਬਰ ਨੂੰ ਸਾਰੇ ਤਿਆਰ ਰਹੋ। ਤਾਂ ਇਹ ਸੀਗੀ ਸਾਡੇ ਨਾਲ ਰਾਂਝਾ ਰਿਫਿਊਜੀ ਦੀ ਸਟਾਰਕਾਸਟ। ਇਹਨਾਂ ਸਾਰਿਆਂ ਨੂੰ ਮੈਂ ਆਲ ਦਾ ਬੈਸਟ ਕਹਿਣਾ ਚਾਹਾਂਗਾ ਸਾਡੇ ਚੈਨਲ ਪੰਜਾਬੀ ਗਰੂਜ਼ ਵੱਲੋਂ। ਥੈਂਕ ਯੂ ਸੋ ਮਚ ਸਰ। ਥੈਂਕ ਯੂ।